ਸ਼੍ਰੀਕਾਲ ਸਾਡੇ ਵਾਲਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸੀ ਕੌਰ ਨਿਊਜ਼ੀਲੈਂਡ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਨਿਊਜ਼ੀਲੈਂਡ ਦੇ ਵਿੱਚ ਰਿਕਾਰਡ ਤੋਂ ਠੰਡ ਤੇ ਪੈ ਹੀ ਰਹੀ ਹੈ ਨਾਲ ਦੇ ਨਾਲ ਨਿਊਜ਼ੀਲੈਂਡ ਵਾਸੀਆਂ ਦੇ ਵੱਲੋਂ ਰਿਕਾਰਡ ਤੋੜ ਬਿਜਲੀ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਬੀਤੀ ਰਾਤ ਨਿਊਜ਼ੀਲੈਂਡ ਵਾਸੀਆਂ ਦੇ ਵੱਲੋਂ ਰਿਕਾਰਡ ਤੋੜ ਬਿਜਲੀ ਦਾ ਇਸਤੇਮਾਲ ਕੀਤਾ ਗਿਆ ਟ੍ਰਾਂਸਪਾਵਰ ਦੇ ਮੁਤਾਬਿਕ ਨਿਊਜ਼ੀਲੈਂਡ ਵਾਸੀਆਂ ਦੇ ਵੱਲੋਂ ਬੀਤੀ ਸ਼ਾਮ 6224 ਮੈਗਾਵਾਟ ਬਿਜਲੀ ਖਰਚ ਕੀਤੀ ਗਈ ਹੈ ਜੋ ਕਿ ਇੱਕ ਬਹੁਤ ਵੱਡਾ ਰਿਕਾਰਡ ਹੈ ਟ੍ਰਾਂਸਪਾਵਰ ਮੁਤਾਬਿਕ ਦੇਸ਼ ਦੇ ਵਿੱਚ ਨਿਊਜ਼ੀਲੈਂਡ ਵਾਸੀਆਂ ਦੇ ਵੱਲੋਂ ਬੀਤੀ ਸ਼ਾਮ 6 ਵਜੇ ਤੋਂ ਬਾਅਦ 6924 ਮੈਗਾਵਾਟ ਬਿਜਲੀ ਦਾ ਇਸਤੇਮਾਲ ਕੀਤਾ ਗਿਆ ਇਸ ਤੋਂ ਪਹਿਲਾਂ 2011 ਦੇ ਵਿੱਚ ਨਿਊਜ਼ੀਲੈਂਡ ਵਾਸੀਆਂ ਦੇ ਵੱਲੋਂ ਇਸ ਤੋਂ ਥੋੜ੍ਹਾ ਘੱਟ ਬਿਜਲੀ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ 10 ਸਾਲ ਬਾਅਦ ਇਹ ਰਿਕਾਰਡ ਟੁੱਟ ਚੁੱਕਿਆ ਹੈ ਦੱਸ ਦਈਏ ਕਿ 2011 ਦੇ ਵਿੱਚ ਨਿਊਜ਼ੀਲੈਂਡ ਵਾਸੀਆਂ ਦੇ ਵੱਲੋਂ 6902 ਮੈਗਾਵਾਟ ਬਿਜਲੀ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਉਸ ਸਮੇਂ ਵੀ ਵੈਲਿੰਗਟਨ ਦੇ ਵਿੱਚ ਬਰਫ਼ਬਾਰੀ ਹੋਈ ਸੀ ਇਸ ਸਾਲ ਵੀ ਵੈਲਿੰਗਟਨ ਦੇ ਵਿੱਚ ਬਰਫ਼ਬਾਰੀ ਹੋਣ ਦੇ ਕਾਰਨ ਅੰਟਾਰਟਿਕਾ ਦੇ ਫਟਣ ਦੇ ਕਾਰਨ ਪੂਰੇ ਨਿਊਜ਼ੀਲੈਂਡ ਦੇ ਵਿੱਚ ਠੰਡ ਕਾਫ਼ੀ ਜ਼ਿਆਦਾ ਦਰਜ ਕੀਤੀ ਜਾ ਰਹੀ ਹੈ ਟ੍ਰਾਂਸਪਾਵਰ ਮੁਤਾਬਿਕ ਹੋਰ ਕਿਸੇ ਸਾਲ ਵਿੱਚ ਵੀ ਬਿਜਲੀ ਦੀ ਇੰਨੀ ਜ਼ਿਆਦਾ ਡਿਮਾਂਡ ਨਹੀਂ ਵਧੀ ਸੀ ਜਿੰਨੀ ਇਸ ਸਾਲ ਵਧੀ ਹੈ ਉਹਦੇ ਨਾਲ ਦੀ ਨਾਲ ਆਕਲੈਂਡ ਅਤੇ ਨਾਲ ਹੀ ਟੋਰੰਗਾ ਕਟਾਈਆ ਅਤੇ ਨਿਊ ਪਲੇਮਾਊਥ ਦੇ ਵਿੱਚ ਬੀਤੇ ਦਿਨ ਨਿਊਜ਼ੀਲੈਂਡ ਦੇ ਦੀ ਸਭ ਤੋਂ ਜ਼ਿਆਦਾ ਠੰਡੀ ਰਾਤ ਵੀ ਦਰਜ ਕੀਤੀ ਗਈ ਹੈ ਨਿਊਜ਼ੀਲੈਂਡ ਸਰਕਾਰ ਦੇ ਵੱਲੋਂ ਅਤੇ ਓਫੀਸ਼ਲਸ ਦੇ ਵੱਲੋਂ ਮੈਨੇਜਰ ਆਈਸੋਲੇਸ਼ਨ ਕੁਆਰੰਟੀਨ ਫੈਸਿਲਿਟੀਜ਼ ਦੇ ਵਿੱਚ ਰਹਿ ਕੇ ਜਾ ਚੁੱਕੇ 14,000 ਦੇ ਕਰੀਬ ਲੋਕਾਂ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਵੱਲੋਂ MIQ ਦੀਆਂ ਫੀਸਾਂ ਨਹੀਂ ਦਿੱਤੀਆਂ ਗਈਆਂ ਇਸਦਾ ਮਤਲਬ 14,000 ਦੇ ਕਰੀਬ ਲੋਕੀ MIQ ਫੈਸਿਲਿਟੀਜ਼ ਦੇ ਵਿੱਚ ਬਿਨਾਂ ਕੋਈ ਫੀਸ ਦੇ ਫ੍ਰੀ ਦੇ ਵਿੱਚ ਰਹਿ ਕੇ ਜਾ ਚੁੱਕੇ ਨੇ ਅਤੇ ਸਰਕਾਰ ਅਤੇ ਓਫੀਸ਼ਲਸ ਹਜੇ ਤੱਕ ਉਹਨਾਂ ਨੂੰ ਟਰੈਕ ਨਹੀਂ ਕਰ ਪਾਏ ਦੱਸਦੇ ਕਿ ਕੈਬਨਿਟ ਵੱਲੋਂ ਦਰਸਾਏ ਗਏ ਡਾਕੂਮੈਂਟ ਵਿੱਚ ਦੱਸਿਆ ਗਿਆ ਹੈ ਕਿ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ ਇੰਪਲੋਇਮੈਂਟ ਨੂੰ ਲੋਕਾਂ ਨੂੰ ਦੇ ਨਾਲ ਸੰਪਰਕ ਕਰਨ ਦੇ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਈ ਲੋਕ ਉਹਨਾਂ ਨੂੰ ਮਿਲ ਹੀ ਨਹੀਂ ਰਹੇ ਨੇ ਕਈਆਂ ਨੂੰ ਉਹ ਟਰੈਕਾਂ ਦੇ ਵਿੱਚ ਕਾਫ਼ੀ ਜ਼ਿਆਦਾ ਮੁਸ਼ਕਲ ਸਾਹਮਣੇ ਆ ਰਹੀ ਹੈ ਦੱਸਦੇ ਕਿ ਸਰਕਾਰ ਦੇ ਵੱਲੋਂ ਹੁਣ ਤੱਕ MIQ ਦੇ ਵਿੱਚ ਰਹਿ ਕੇ ਜਾ ਚੁੱਕੇ ਲੋਕਾਂ ਦੇ ਕੋਲੋਂ 50 ਮਿਲੀਅਨ ਇਕੱਠੇ ਕਰ ਲਏ ਗਏ ਨੇ ਜੋ ਕਿ ਇਹਨਾਂ ਦਾ 67% ਬਣਦਾ ਪਰ ਬਾਕੀ ਬਚੇ ਲੋਕਾਂ ਦੀ ਹਜੇ ਤੱਕ ਭਾਲ ਕੀਤੀ ਜਾ ਰਹੀ ਹੈ 14,197 ਦੇ ਕਰੀਬ ਅਜਿਹੇ ਲੋਕ ਨੇ ਜਿਨ੍ਹਾਂ ਵੱਲੋਂ ਆਪਣੀਆਂ ਫੀਸਾਂ ਨਹੀਂ ਪੇ ਕੀਤੀਆਂ ਗਈਆਂ ਅਤੇ ਸਰਕਾਰ ਅਤੇ ਓਫੀਸ਼ਲਸ ਹਜੇ ਵੀ ਇਹਨਾਂ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮਿਡਲਮੋਰ ਹਸਪਤਾਲ ਦੇ ਵਿੱਚ ਵਾਰਡ ਦੇ ਵਿੱਚ ਜਗ੍ਹਾ ਨਾ ਹੋਣ ਦੇ ਕਾਰਨ 11 ਬੱਚਿਆਂ ਦਾ ਇਲਾਜ ਪਲੇਰੂਮ ਦੇ ਵਿੱਚ ਕਰਨ ਦੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਇਸ ਦੇ ਕਾਰਨ ਮਿਡਲਮੋਰ ਹਸਪਤਾਲ ਦੇ ਸਟਾਫ ਕਾਫ਼ੀ ਸਟ੍ਰੈਸ ਦੇ ਵਿੱਚ ਨਜ਼ਰ ਆ ਰਿਹਾ ਹੈ ਇਸਦਾ ਕਾਰਨ ਇਹ ਵੀ ਹੈ ਕਿ ਮਿਡਲਮੋਰ ਹਸਪਤਾਲ ਦੇ ਕੋਲ ਇੱਕ ਬਿਲਡਿੰਗ ਦਾ ਕੰਮ ਚੱਲ ਰਿਹਾ ਜਿਸ ਦੇ ਕਾਰਨ ਇਹਨਾਂ ਬੈੱਡਾਂ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ ਕਾਉਂਟੀਸ ਮਨੁਕਾਓ DSP ਦੇ ਵੱਲੋਂ ਦੱਸਿਆ ਗਿਆ ਹੈ ਕਿ ਪਹਿਲਾਂ ਨਾਲੋਂ 26 ਬੈੱਡਾਂ ਦੀ ਕਮੀ ਇਸ ਸਮੇਂ ਹਸਪਤਾਲ ਨੂੰ ਭੁਗਤਣੀ ਪੈ ਰਹੀ ਹੈ ਅਤੇ ਇਸਦਾ ਕਾਰਨ ਹੀ ਹੈ ਕਿ 11 ਬੱਚਿਆਂ ਦਾ ਇਲਾਜ ਪਲੇਰੂਮ ਦੇ ਵਿੱਚ ਹੀ ਬੈੱਡ ਲਗਾ ਕੇ ਕੀਤਾ ਜਾ ਰਿਹਾ ਹੈ ਹਾਲਾਂਕਿ ਇਹਨਾਂ ਬੈੱਡਾਂ ਨੂੰ ਬਿਲਕੁਲ ਵਧੀਆ ਤਰੀਕੇ ਦੇ ਨਾਲ ਸੁਰੱਖਿਅਤ ਕੀਤਾ ਗਿਆ ਹੈ ਅਤੇ ਸਾਰੀ ਹੀ ਫੈਸਿਲਿਟੀਜ਼ ਉੱਥੇ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਪਰ ਆਮ ਵਾਰਡਸ ਨਾਲੋਂ ਪਲੇਰੂਮਸ ਦੇ ਵਿੱਚ ਬੱਚਿਆਂ ਦਾ ਇਲਾਜ ਕਰਨਾ ਕਿੰਨਾ ਕੁ ਸਹੀ ਹੈ ਇਹ ਉਹ ਜਾਣਦੇ ਨੇ ਇੱਥੇ ਵੀ ਦੱਸ ਜਾਂਦੇ ਕਿ 9 ਦਿਨ ਪਹਿਲਾਂ ਹਸਪਤਾਲ ਦੇ ਵਿੱਚ ਸਭ ਤੋਂ ਬਿਜ਼ੀ ਦਿਨ ਸੀ ਜਦੋਂ 24 ਘੰਟਿਆਂ ਦੇ ਵਿੱਚ 140 ਦੇ ਕਰੀਬ ਐਮਰਜੈਂਸੀ ਮਰੀਜ਼ ਹਸਪਤਾਲ ਦੇ ਵਿੱਚ ਆਏ ਨੇ ਅਜਿਹੇ ਦੇ ਵਿੱਚ ਹਸਪਤਾਲ ਦਾ ਸਟਾਫ ਕਾਫ਼ੀ ਸਟ੍ਰੈਸ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਕੋਲ ਇਹ ਕੋਈ ਆਪਸ਼ਨ ਨਹੀਂ ਹੈ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਕਿੰਨਾ ਮਰੀਜ਼ਾਂ ਨੂੰ ਐਡਮਿਟ ਕਰਨਾ ਚਾਹੀਦਾ ਹੈ ਅਤੇ ਕਿੰਨਾ ਨੂੰ ਵਾਪਸ ਮੋੜਨਾ ਚਾਹੀਦਾ ਹੈ ਫਿਲਹਾਲ DSP ਦੇ ਵੱਲੋਂ ਇਸ ਸਿਚੁਏਸ਼ਨ ਦੇ ਨਾਲ ਨਜਿੱਠਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਕਲੈਂਡ ਇੱਕ ਡੇਅਰੀ ਸ਼ਾਪ ਦੇ ਵਿੱਚ ਇਸ ਸਾਲ ਦੀ ਲਗਾਤਾਰ ਤੀਜੀ ਲੁੱਟ ਹੋਣ ਤੋਂ ਬਾਅਦ ਚੋਰੀ ਹੋਣ ਤੋਂ ਬਾਅਦ ਮਾਲਕ ਕਾਫ਼ੀ ਪਰੇਸ਼ਾਨ ਨਜ਼ਰ ਆ ਰਿਹਾ ਹੈ ਜਾਣਕਾਰੀ ਮੁਤਾਬਕ ਰਖਾਏ ਸੁਪਰੇਚੀ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਰਾਸ ਨੂੰ ਇੱਕ ਚੋਰੀ ਹੋਈ ਸੀ ਜਿਸ ਵਿੱਚ ਸਿਰਫ ਚਿਪਸ ਅਤੇ ਆਈਸਕ੍ਰੀਮ ਗਾਇਬ ਹੋਏ ਸਨ ਉਸ ਤੋਂ ਬਾਅਦ ਅਗਲੇ ਹੀ ਦਿਨ ਦੁਬਾਰਾ ਉਸ ਸਟੋਰ ਦੇ ਵਿੱਚ ਚੋਰੀ ਹੋਈ ਅਤੇ ਫਿਰ ਬੀਤੇ ਦਿਨ ਹੋਈ ਚੋਰੀ ਦੇ ਕਾਰਨ ਕਾਫ਼ੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਮਾਲਕ ਵੱਲੋਂ ਕੀਤਾ ਜਾ ਰਿਹਾ ਹੈ ਅਪ੍ਰੈਲ ਮਹੀਨੇ ਦੇ ਵਿੱਚ ਹੋਈ ਦੂਜੀ ਚੋਰੀ ਦੇ ਵਿੱਚ $5,000 ਤੱਕ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਅਤੇ ਇਸ ਵਾਰ ਹੋਈ ਚੋਰੀ ਦੇ ਵਿੱਚ ਕਾਫ਼ੀ ਵੱਡਾ ਨੁਕਸਾਨ ਹੋਇਆ ਹੋਣ ਦੀ ਖਬਰ ਸਾਹਮਣੇ ਆਈ ਹੈ
ਉਧਰ ਮਾਲਕ ਦੇ ਮੁਤਾਬਕ ਉਸ ਨੂੰ ਸਵੇਰੇ 4:30 ਮਿੰਟ ਦੇ ਕਰੀਬ ਸਿਕਿਉਰਿਟੀ ਵੱਲੋਂ ਫੋਨ ਕਰਕੇ ਬੁਲਾਇਆ ਗਿਆ ਤੇ ਇਸ ਦੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਆ ਕੇ ਸਾਰਾ ਖਿਲਾਰੇ ਨੂੰ ਸਾਫ਼ ਕੀਤਾ ਗਿਆ ਉਧਰ ਡਿਟੈਕਟਿਵ ਸੀਨੀਅਰ ਸਰਜਨ ਦੇ ਮੁਤਾਬਕ ਇਸ ਚੋਰੀ ਦੀ ਘਟਨਾ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਉਧਰ ਪੁਲਿਸ ਦੇ ਮੁਤਾਬਕ ਹੋਰ ਚੋਰੀ ਦੀ ਘਟਨਾ ਦੇ ਵਿੱਚ ਇੱਕ 11 ਸਾਲਾਂ 12 ਸਾਲਾਂ ਤੇ 13 ਸਾਲਾਂ ਦੇ ਬੱਚਿਆਂ ਨੂੰ ਤਿੰਨ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਯੂਥ ਏਡ ਦੇ ਵਿੱਚ ਭੇਜ ਦਿੱਤਾ ਗਿਆ ਤੇ ਫਿਲਹਾਲ ਇਹ ਹੋ ਰਹੀਆਂ ਚੋਰੀਆਂ ਦੇ ਬਾਰੇ ਜਾਂਚ ਪੜਤਾਲ ਲਗਾਤਾਰ ਜਾਰੀ ਹੈ ਇਸ ਹਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਤਰੀਨ ਜਾਣਕਾਰੀਆਂ ਦੇ ਲਈ ਤੁਸੀਂ ਬਣੇ ਰਹੋ ਸਾਡੇ ਵਾਲਾ ਟੀਵੀ ਦੇ ਨਾਲ ਹੁੰਦੇ ਹੋ ਇਜਾਜ਼ਤ ਸਤਿ ਸ਼੍ਰੀ ਅਕਾਲ